ਸਤਿ ਸ਼੍ਰੀ ਅਕਾਲ ਦੋਸਤੋ, ਟੌਪ 10 ਬੈਸਟ ਲਿਸਟ ਐਵਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਪਹਿਲਾਂ ਤਾਂ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਅੱਜ ਆਪਾਂ ਗੱਲ ਕਰਾਂਗੇ ਮਿੰਟੂ ਗਰਸਰੀਆ ਜੀ ਬਾਰੇ। ਜੀ ਹਾਂ ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਮਿੰਟੂ ਗਰਸਰੀਆ ਕਿਵੇਂ ਬਣ ਗਿਆ ਡਾਕੂਆਂ ਦਾ ਮੁੰਡਾ। ਮਿੰਟੂ ਦਾ ਜਨਮ ਪਿੰਡ ਗੁਰਸਰ ਤਹਿਸੀਲ ਮਲੋੜ ਜ਼ਿਲ੍ਹਾ ਮੁਕਤਸਰ ਵਿਖੇ ਹੋਇਆ। ਘਰਦਿਆਂ ਨੇ ਇਹਨਾਂ ਦਾ ਨਾਮ ਬਲਜਿੰਦਰ ਸਿੰਘ ਰੱਖਿਆ ਤੇ ਇਹਨਾਂ ਦਾ ਕਲਮੀ ਨਾਮ ਪੈ ਗਿਆ ਮਿੰਟੂ ਗਰਸਰੀਆ। ਮਿੰਟੂ ਗਰਸਰੀਆ ਉਹੀ ਨਾਮ ਹੈ ਜਿਸ ਨੂੰ ਕਿਸੇ ਟਾਈਮ ਆਪਣੇ ਇਲਾਕੇ ਵਿੱਚ ਮਿੰਟੂ ਨਸ਼ੇੜੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਮਿੰਟੂ ਗੁਰਸਰੀਆ ਦੇ ਵਡੇਰੇ ਪੁਰਾਣੇ ਸਮਿਆਂ ਦੇ ਡਾਕੂ ਸੀ, ਜਿਸ ਕਰਕੇ ਉਸਨੇ ਫੀਮ ਸਮੇਤ ਹੋਰ ਵੀ ਕਈ ਨਸ਼ੇ ਬਚਪਨ ਤੋਂ ਹੀ ਆਪਣੇ ਘਰ ਵਿੱਚ ਆਮ ਦੇਖੇ। ਉਸ ਟਾਈਮ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਬਲਜਿੰਦਰ ਸਿੰਘ ਉਰਫ ਮਿੰਟੂ ਗੁਰਸਰੀਆ ਦੀ ਜ਼ਿੰਦਗੀ 'ਤੇ ਇਸ ਨਸ਼ੇ ਦਾ ਕੋਈ ਪ੍ਰਭਾਵ ਪਵੇਗਾ। ਪਰ ਜਿੱਦਾਂ ਜਿੱਦਾਂ ਮਿੰਟੂ ਨੇ ਜਵਾਨੀ ਵੱਲ ਪੈਰ ਰੱਖਿਆ, ਉਹ ਵੀ ਨਸ਼ਿਆਂ ਦੀ ਦਲਦਲ ਵਿੱਚ ਫਸਦਾ ਗਿਆ। ਇਸ ਤੋਂ ਬਾਅਦ ਲੜਾਈਆਂ ਚੋਰੀਆਂ ਉਸਦੀ ਜ਼ਿੰਦਗੀ ਦਾ ਆਮ ਹਿੱਸਾ ਬਣ ਗਈਆਂ। ਫਿਰ ਜੇਲ੍ਹ ਤਾਂ ਉਸ ਲਈ ਇੱਦਾਂ ਹੋ ਗਈ ਜਿੱਦਾਂ ਉਸਦੇ ਨਾਨਕੇ ਹੀ ਹੁੰਦੇ ਹਨ। ਮਿੰਟੂ ਦਾ ਵੀ ਨਸ਼ੇ ਦੀ ਦੁਨੀਆਂ ਵਿੱਚ ਰਹਿ ਕੇ ਦਮ ਘੁੱਟ ਰਿਹਾ ਸੀ, ਉਹ ਵੀ ਇਸ ਤੋਂ ਆਪਣਾ ਖਹਿੜਾ ਛਡਾਉਣਾ ਚਾਹੁੰਦਾ ਸੀ। ਕਬੱਡੀ ਦਾ ਖਿਡਾਰੀ ਕਦੋਂ ਚਿੱਟੇ ਦੀ ਦਲਦਲ ਵਿੱਚ ਫਸ ਗਿਆ ਉਸਨੂੰ ਵੀ ਪਤਾ ਨਾ ਲੱਗਿਆ। ਮਿੰਟੂ ਗੁਰਸਰੀਆ ਨੇ ਪੂਰੇ 20 ਸਾਲ ਨਸ਼ਾ ਕੀਤਾ। ਇਸ 20 ਸਾਲ ਵਿੱਚ ਉਸਨੇ ਘਰ, ਜ਼ਮੀਨ ਤੇ ਹੋਰ ਬਹੁਤ ਕੁਛ ਗਵਾ ਲਿਆ ਸੀ ਤੇ ਮਿੰਟੂ ਕਰਕੇ ਹੀ ਉਸਦੇ ਪਿਤਾ ਨੂੰ ਵੀ ਜੇਲ੍ਹ ਹੋ ਗਈ। ਜੇਲ੍ਹ ਵਿੱਚ ਨਸ਼ੇ ਦੀ ਤੋੜ ਹੋਣ ਕਰਕੇ ਉਸਦੇ ਪਿਤਾ ਦੀ ਵੀ ਜੇਲ੍ਹ ਵਿੱਚ ਹੀ ਮੌਤ ਹੋ ਗਈ। ਫਿਰ ਇਸ ਤੋਂ ਬਾਅਦ ਉਹ ਸਮਾਂ ਆਇਆ ਜਦੋਂ ਮਿੰਟੂ ਗੁਰਸਰੀਆ ਨਸ਼ਾ ਛੱਡ ਗਿਆ। ਇਹ ਸਮਾਂ ਉਦੋਂ ਆਇਆ ਜਦੋਂ ਇਹਨਾਂ ਦੇ ਭਰਾ ਦਾ ਵਿਆਹ ਰੱਖਿਆ ਹੋਇਆ ਸੀ। ਵਿਆਹ ਦੇ ਚਾਅ ਵਿੱਚ ਮਿੰਟੂ 10 ਦਿਨਾਂ ਦਾ ਇਕੱਠਾ ਚਿੱਟਾ ਲੈ ਕੇ ਸਕੂਟਰ ਤੇ ਆ ਰਿਹਾ ਸੀ। ਰਸਤੇ ਵਿੱਚ ਇਹਨਾਂ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੁੰਦਾ ਹੈ, ਜਿਸ ਵਿੱਚ ਇਹਨਾਂ ਦੀ ਜਾਨ ਤਾਂ ਬਚ ਜਾਂਦੀ ਹੈ ਪਰ ਇਹਨਾਂ ਦੀ ਲੱਤ ਤੇ ਬਹੁਤ ਗਹਿਰੀ ਸੱਟ ਲੱਗਦੀ ਹੈ। ਮਿੰਟੂ ਨੂੰ ਡਾਕਟਰ ਕਾਫੀ ਲੰਮੇ ਸਮੇਂ ਲਈ ਬੈੱਡ ਰੈਸਟ ਦੱਸਦੇ ਨੇ, ਜਿਸ ਦੇ ਚੱਲਦੇ ਹੋਏ ਇਹਨਾਂ ਕੋਲੋਂ ਵਿਆਹ ਵੀ ਨਹੀਂ ਦੇਖਿਆ ਜਾਂਦਾ। ਉਸ ਟਾਈਮ ਮਿੰਟੂ ਸੋਚਦਾ ਸੀ ਕਿ ਨਸ਼ੇ ਕਰਕੇ ਮੇਰਾ ਬਾਪ ਵੀ ਮੇਰੇ ਤੋਂ ਹਮੇਸ਼ਾ ਲਈ ਦੂਰ ਹੋ ਗਿਆ ਤੇ ਵੱਡਾ ਭਰਾ ਵੀ ਨਸ਼ੇ ਤੇ ਲੱਗ ਗਿਆ ਤੇ ਸਾਰਾ ਹੀ ਟੱਬਰ ਵੀ ਕਰਜਾਈ ਹੋ ਗਿਆ ਤੇ ਇਹ ਸਾਰੀਆਂ ਗੱਲਾਂ ਨੇ ਮਿੰਟੂ ਗੁਰਸਰੀਆ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ। ਜਦੋਂ 2 ਸਾਲਾਂ ਬਾਅਦ ਮਿੰਟੂ ਠੀਕ ਹੋ ਕੇ ਘਰੋਂ ਬਾਹਰ ਆਏ ਤੇ ਉਦੋਂ ਵੀ ਲੋਕ ਉਸਨੂੰ ਨਸ਼ੇੜੀ ਤੇ ਡਾਕੂਆਂ ਦਾ ਮੁੰਡਾ ਕਹਿੰਦੇ ਹੁੰਦੇ ਸੀ। ਮਿੰਟੂ ਕਿਤੇ ਵੀ ਕੰਮ ਲੱਭਣ ਲਈ ਜਾਂਦਾ ਤਾਂ ਉਸਨੂੰ ਨਸ਼ੇੜੀ ਕਹਿ ਕੇ ਵਾਪਸ ਕਰ ਦਿੰਦੇ, ਪਰ ਮਿੰਟੂ ਨੇ ਸੋਚ ਲਿਆ ਸੀ ਕਿ ਹੁਣ ਉਹ ਆਪਣੇ ਪ੍ਰਤੀ ਸਭ ਦੀ ਸੋਚ ਬਦਲ ਕੇ ਰੱਖ ਦੇਵੇਗਾ। ਫਿਰ ਇਸ ਤੋਂ ਬਾਅਦ ਮਿੰਟੂ ਨੇ ਲਿਖਣਾ ਸ਼ੁਰੂ ਕੀਤਾ। ਹੁਣ ਬਸ ਉਸਨੂੰ ਇੱਕੋ ਨਸ਼ਾ ਹੁੰਦਾ ਸੀ, ਕਿਤਾਬਾਂ ਲਿਖਣ ਦਾ ਤੇ ਪੜ੍ਹਨ ਦਾ। ਮਿੰਟੂ ਨੇ ਆਪਣੀਆਂ ਆਦਤਾਂ ਵਿੱਚ ਬਦਲਾਅ ਕਰਕੇ ਹਿੰਮਤ ਕੀਤੀ ਤੇ ਨਸ਼ਾ ਛੱਡ ਦਿੱਤਾ। ਇੱਥੇ ਤੁਹਾਨੂੰ ਅਸੀਂ ਰਿਕੁਐਸਟ ਕਰਾਂਗੇ, ਚਲਦੀ ਚਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਫਿਰ ਬਲਜਿੰਦਰ ਸਿੰਘ ਉਰਫ ਮਿੰਟੂ ਗੁਰਸਰੀਏ ਨੇ ਆਪਣੀ ਸਵੈ ਜੀਵਨੀ ਤੇ ਡਾਕੂਆਂ ਦਾ ਮੁੰਡਾ ਕਿਤਾਬ ਲਿਖੀ, ਜਿਸ ਨੂੰ ਸਭ ਵੱਲੋਂ ਬਹੁਤ ਪਿਆਰ ਮਿਲਿਆ ਤੇ ਬਹੁਤ ਸਾਰੇ ਮਾਵਾਂ ਦੇ ਨਸ਼ੇੜੀ ਪੁੱਤ ਉਸ ਕਿਤਾਬ ਨੂੰ ਪੜ੍ਹ ਕੇ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਆਏ। ਹੁਣ ਮਿੰਟੂ ਗੁਰਸਰੀਏ ਦੇ ਸਵੈ ਜੀਵਨੀ ਤੇ ਆਧਾਰਿਤ ਡਾਕੂਆਂ ਦਾ ਮੁੰਡਾ ਫਿਲਮ ਵੀ ਆਈ ਹੈ, ਜਿਸ ਵਿੱਚ ਦੇਵ ਖਰੌੜ ਜੀ ਨੇ ਮਿੰਟੂ ਗੁਰਸਰੀਏ ਦਾ ਰੋਲ ਬਾਖੂਬੀ ਨਿਭਾਇਆ ਹੈ। ਦੋਸਤੋ, ਉਮੀਦ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜੇ ਵੀਡੀਓ ਪਸੰਦ ਆਈ ਹੋਵੇ, ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ, ਸ਼ੇਅਰ ਤੇ ਆਪਣੇ ਹੀ ਚੈਨਲ ਟੌਪ 10 ਬੈਸਟ ਲਿਸਟ ਐਵ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਦੀ ਨਾਲ ਬੈਲ ਦੇ ਆਈਕਨ ਤੇ ਜ਼ਰੂਰ ਕਲਿੱਕ ਕਰ ਦਿਓ ਤਾਂ ਜੋ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਮਿਲ ਜਾਵੇ ਤੁਹਾਨੂੰ ਸਭ ਤੋਂ ਪਹਿਲਾਂ। ਥੈਂਕਸ ਫੋਰ ਵਾਚਿੰਗ, ਬਾਏ ਬਾਏ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕੁਛ ਨਵਾਂ ਲੈ ਕੇ।